ਮੇਰੀ ਦਵਾਈ ਇਹ ਹੈ ਕਿ ਸਾਲ ਠੀਕ ਹੋ ਗਿਆ ਹੈ। ਮੇਰੇ ਨਾ ਪੇਟ 'ਚ ਸੌਲੀ ਸੀ ਅਤੇ ਬਹੁਤ ਮਤਲਬ ਡਾਕਟਰਾਂ ਨੇ ਡਰਾ ਘਬਰਾ ਦਿੱਤਾ ਸੀ ਮੈਨੂੰ, ਅਤੇ ਮੈਂ ਮੰਮੀ ਹੋਣਾਂ ਕੋਲ ਆਈ ਅਤੇ ਮੰਮੀ ਹੋਣੀ ਕਹਿੰਦੇ ਕਿ ਚੱਲ ਮਤਲਬ ਉੱਥੇ ਤੋਂ ਲੈ ਕੇ ਜਾਂਦੇ ਹਾਂ ਪ੍ਰਭੂ ਦੇ ਘਰ 'ਚ, ਅਤੇ ਮੈਨੂੰ ਮੰਮੀ ਹੋਣੀ ਪ੍ਰਭੂ ਦੇ ਘਰ 'ਚ ਲੈ ਕੇ ਆਏ ਅਤੇ ਮੈਂ ਇੱਥੋਂ ਸ਼ਿਫਾ ਪਾਈ ਆ ਆਪਣੀ ਰਸੌਲੀ ਦੇ ਤੋਂ, ਅਤੇ ਇੱਥੋਂ ਮਤਲਬ ਸਾਰੇ ਭੈਣ ਭਾਈਆਂ ਦੀ ਮਹਿਮਾ ਕਰਾਂਗੇ। ਧੰਨਵਾਦ ਹੈ ਪ੍ਰਭੂ ਦਾ। ਵੇਖੋ ਖੁਦਾ ਨੇ ਕਿੰਨੀ ਵੱਡੀ ਗਵਾਹੀ ਬਣਾਈ ਤੇ ਕਿੰਨੀ ਬੜੀ ਆਸ਼ੀਸ਼ ਦਿੱਤੀ ਆ। ਹਾਲੇਲੂਯਾ। ਕਿ ਮੈਨੂੰ ਨਹੀਂ ਪਤਾ ਹੈਗਾ ਵੀ ਇਹਦੇ ਸੌਲੀ ਆ, ਮੈਨੂੰ ਦੱਸਿਆ ਕਦੀ ਨਹੀਂ ਦੱਸਿਆ। ਪਿਛਲੇ ਸਾਲ ਇਹ ਮੇਰੇ ਕੋਲ ਆਏ ਸੀ, ਇਹਨਾਂ ਦੀ ਦੁੱਖਾਂ ਵਿੱਚ ਸ਼ੈਤਾਨ ਦੇ ਜਕੜੇ ਇਹਨਾਂ ਤੇ ਪ੍ਰੇਰ ਹੋਈ ਔਰ ਇਹਨਾਂ ਨੇ ਕਿਹਾ ਮੈਂ ਬਪਤਿਸਮਾ ਲੈਣਾ, ਤਾਂ ਪਰਮੇਸ਼ਰ ਨੇ ਇਹਨਾਂ ਨੂੰ ਵੇਖੋ ਸੌਲੀ ਤੋਂ ਆਜ਼ਾਦ ਕੀਤਾ ਔਰ ਪਰਮੇਸ਼ਰ ਨੇ ਬੇਟੇ ਦੀ ਆਸ਼ੀਸ਼ ਦਿੱਤੀ ਆ। ਅੱਗੇ ਲੈ ਕੇ ਆ ਚੁੱਕੇ ਬੇਟਾ। ਪਰਮੇਸ਼ਰ ਦੀ ਮਹਿਮਾ ਕਰਾਂਗੇ।